ਸਤਿ ਸ਼੍ਰੀ ਅਕਾਲ ਜੀ, ਪਛਾਣਿਆ? ਸਤਿ ਸ਼੍ਰੀ ਅਕਾਲ ਜੀ, ਨਹੀਂ ਪਛਾਣਿਆ ਜੀ। ਮੈਂ ਉਹੀ ਮੁੰਡਾ ਜਿਹੜਾ ਪਿਛਲੇ ਸਾਲ ਤੁਹਾਡੇ ਕੋਲ ਆਇਆ ਸੀ ਅਤੇ ਮੈਂ ਤੁਹਾਨੂੰ ਕਿਹਾ ਸੀ ਮੈਨੂੰ 10 ਰੁਪਏ ਦੀ ਜ਼ਰੂਰਤ ਆ, ਅਤੇ ਤੁਸੀਂ ਮੈਨੂੰ 100 ਰੁਪਇਆ ਕੱਢ ਕੇ ਦਿੱਤਾ ਸੀ ਕਿ ਪੁੱਤਰ ਆਹਲਾ 100 ਰੁਪਇਆ ਅਤੇ ਕੋਈ ਕੰਮ ਸ਼ੁਰੂ ਕਰ ਲਾ। ਹੁਣ ਪਛਾਣਿਆ? ਓ ਅੱਛਾ, ਮੈਨੂੰ ਬੜੀ ਖੁਸ਼ੀ ਹੋਈ, ਮੈਨੂੰ ਬੜਾ ਮਾਣ ਆਪਣੇ ਆਪ 'ਤੇ ਵੀ ਮੇਰੇ ਦਿੱਤੇ ਹੋਏ 100 ਰੁਪਏ ਨਾਲ ਤੂੰ ਆਪਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਉਹ ਪੈਸੇ ਤੂੰ ਮੈਨੂੰ ਵਿਆਜ ਸਮੇਤ ਵਾਪਸ ਕਰਨਾ ਹੈ। ਓ ਨਹੀਂ ਨਹੀਂ, ਮੈਂ ਤਾਂ ਇਹ ਕਹਿਣਾ ਸੀ ਕਿ ਅੱਜ ਮੈਨੂੰ 1000 ਰੁਪਏ ਦੀ ਜ਼ਰੂਰਤ ਹੈ। ਚੱਲ ਕੋਈ ਨਹੀਂ ਜੀ, ਸਰ ਜੂਗਾ, ਚੱਲ ਜਾ ਤੂੰ। ਛੋਟੇ ਹੁੰਦੇ ਸੋਚਦੇ ਸੀ ਵੀ ਵੱਡੇ ਹੋ ਕੇ ਨਾ ਪੜ੍ਹ ਲਿਖ ਕੇ ਅਤੇ ਪਾਇਲਟ ਬਣਾਂਗੇ। ਵੱਡੇ ਹੋਏ, ਘਰਦਿਆਂ ਨੇ ਵਿਆਹ ਕਰਤਾ, ਹੁਣ ਆਪਦੇ ਜਹਾਜ਼ ਬਣਾ ਪਿਆ। ਮੈਂ ਤੈਨੂੰ ਦੱਸਤਾ ਭਰਾਵਾ, ਅਰੇਂਜ ਮੈਰਿਜ ਨਾ ਮੈਂ ਕਰਾਵਾਂ ਅੱਜ ਅਤੇ ਨਾ ਕਰਾਵਾਂ ਕੱਲ੍ਹ। ਕਰਾਊਂਗਾ ਤਾਂ ਲਵ ਮੈਰਿਜ ਕਰਾਊਂਗਾ, ਨਹੀਂ ਤਾਂ ਨਹੀਂ ਕਰਾਊਂਗਾ ਮੈਰਿਜ। ਕਿਉਂ, ਐਡੀ ਕੀ ਮਜਬੂਰੀ ਹੈ ਵੀ ਤੇਰੇ ਲਵ ਮੈਰਿਜ ਕਰਾਉਣ ਦੀ? ਮਜਬੂਰੀ ਯਾਰ, ਕੱਲ੍ਹ ਨੂੰ ਜਵਾਕ ਮੇਰੇ ਕੀ ਕਹਿਣਗੇ ਵੀ ਸਾਡੇ ਪਿਓ ਤੋਂ ਇੱਕ ਕੁੜੀ ਨਹੀਂ ਫਸੀ? ਦੁਨੀਆ ਸਭ ਤੋਂ ਵੱਧ ਮਨਾਇਆ ਜਾਣ ਵਾਲਾ ਤਿਉਹਾਰ ਪਤਾ ਕੀ ਹੈ? ਘਰ ਵਾਲੀ ਇਹਨੂੰ ਤੀਜੇ ਦਿਨੋਂ ਮਨਾਉਣਾ ਹੀ ਪੈਂਦਾ, ਮੈਨੂੰ ਅੱਜ ਫਿਰ ਮਨਾਉਣਾ ਪੈਣਾ, ਗੁੱਸੇ ਬੈਠੀ ਆ। ਹੁਣ ਦੇਖੋ ਹੈ ਬਾਈ, ਕਿੰਨੇ ਸਾਲ ਹੋ ਗਏ ਯਾਰ ਉਹਨੂੰ ਅੱਡ ਹੋਈ ਨੂੰ ਮੈਥੋਂ। ਮੈਂ ਸੋਚਿਆ ਮੈਨੂੰ ਭੁੱਲ ਗਈ ਹੋਣੀ ਆ, ਪਰ ਰਾਤ ਦਾ ਫਿਰ ਫੋਨ ਆਇਆ ਯਾਰ। ਕਹਿੰਦੀ ਮੇਰਾ ਦੂਜਾ ਮੁੰਡਾ ਹੋਇਆ, ਉਹਦਾ ਨਾਂ ਦੱਸ ਕੁਛ ਚੱਜ ਦਾ। ਹੋਰ ਕੀ, ਚੰਗਾ ਭਲਾ ਹੁੰਦਾ ਸੀ ਮੈਂ ਕੁਵਾਰਾ, ਆਪਦੀ ਮਰਜ਼ੀ ਕਰਦਾ ਹੁੰਦਾ ਸੀ। ਤੇਰੀ ਗੱਲ ਨਹੀਂ ਕਰੀ ਜਾਂਦੀ, ਮੇਰੀ ਗੱਲ ਕਰਦੀ, ਮੇਰੀ ਜ਼ਿੰਦਗੀ ਖਰਾਬ ਹੋਗੀ, ਤੇਰੇ ਨਾਲ ਵਿਆਹ ਕਰਾ। ਹੈ ਬਾਈ, ਕੱਲ੍ਹ ਯਾਰ ਮੈਂ ਬਾਜ਼ਾਰ ਗਿਆ ਅਤੇ ਉੱਥੇ ਤਾਂ ਲੋਕੀ ਮਹਿੰਗੀਆਂ ਮਹਿੰਗੀਆਂ ਖਰੀਦਦਾਰੀਆਂ ਕਰੀ ਜਾਂਦੇ, 800-800 ਦੇ ਕੌਫੀਆਂ ਦੇ ਕੱਪ ਪੀ ਜਾਂਦੇ ਆ। ਫਿਰ ਮੈਨੂੰ ਕੋਈ ਗੱਲ ਦਾ ਪਤਾ ਲੱਗਿਆ। ਕਿਹੜੀ ਦਾ? ਵੀ ਆਹ ਮਹਿੰਗਾਈ ਮਹਿੰਗਾਈ ਵਾਲਾ ਕੋਈ ਚੱਕਰ ਨਹੀਂ, ਮੈਂ ਹੀ ਗਰੀਬ ਹਾਂ। ਚੜੇ ਜੀ, ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਜੀ, ਆਉਣਾ ਹੀ। ਉਹ ਤੂੰ ਤਿੱਖੜ ਦੁਪਹਿਰੇ ਕਿੱਧਰ ਚੱਲਿਆ, ਸੈਂਟ ਸੁੰਟ ਲਾ ਕੇ ਲਿਸ਼ਕ ਪੁਸ਼ਕ ਕੇ? ਹੈ ਹੁਣ ਤੂੰ ਪਿੱਛੋਂ ਆਵਾਜ਼ ਮਾਰ ਦੇ, ਕੰਮ ਤਾਂ ਕੋਈ ਪਹਿਲਾਂ ਨਹੀਂ ਬਣੀ ਜਾਂਦਾ, ਸਿਵਿਆਂ 'ਚ ਚੱਲਿਆ। ਸਿਵਿਆਂ 'ਚ ਕਿਉਂ? ਕੁੜੀ ਤਾਂ ਕੋਈ ਸੈੱਟ ਨਹੀਂ ਹੁੰਦੀ, ਮੈਂ ਕਿਹਾ ਚੜੇਲਿਆਂ 'ਤੇ ਟਾਈ ਮਾਰ ਲਈਏ। ਉਹ ਕਿਵੇਂ ਬੇਲੀ ਆ, ਹਰਖ ਜਿਹਾ ਖਾਈ ਬੈਠਾ, ਕੀ ਗੱਲ ਹੋ ਗਈ? ਗੱਲ ਕੀ ਹੋਣੀ ਹੈ ਯਾਰ, ਆਹ ਸਾਡੇ ਵਾਲੇ ਛੋਟੇ ਦੀ ਗੱਲ, ਆ ਪਿਛਲੇ ਮਹੀਨੇ ਘਰ ਛੱਡ ਕੇ ਚੱਲ ਗਿਆ, ਕਹਿੰਦਾ ਹੁਣ ਜਦੋਂ ਮੈਂ ਆਇਆ ਕੁਛ ਬਣ ਕੇ ਆਊਂਗਾ, ਅਤੇ ਅਸੀਂ ਵੀ ਰੋਕਿਆ ਨਹੀਂ, ਅਸੀਂ ਕਿਹਾ ਚੱਲ ਮੁੰਡੇ ਦੀ ਜ਼ਮੀਰ ਜਾਗੀ ਆ, ਆਹ ਹੁਣ ਕੱਲ੍ਹ ਆਇਆ। ਅੱਛਾ, ਤਾਂ ਫਿਰ ਕੀ ਬਣ ਕੇ ਆਇਆ? ਸ਼ਰਾਬੀ। ਚੱਲ ਠੀਕ ਆ ਬਾਈ, ਚੱਲਦੇ ਫਿਰ। ਬੈਠੋ ਯਾਰ। ਨਹੀਂ ਨਹੀਂ, ਚੱਲਦੇ ਫਿਰ ਯਾਰ। ਚੱਲ ਠੀਕ, ਜਵਾਕਣ ਵਾਲਾ ਸਾਦੇ ਯਾਰ। ਰੁਪਿੰਦਰ, ਤਿਆਰ ਦਾ ਟਾਈਮ ਹੈ ਨਾ, ਦੇਈਏ ਕੁਛ ਜਵਾਕਾਂ ਨੂੰ। ਕੋਈ ਨਾ, ਕੀ ਜ਼ਰੂਰਤ ਸੀ? ਵੈਸੇ ਵੀ ਪਰਸ ਤਾਂ ਮੈਂ ਘਰੇ ਭੁੱਲ ਗਿਆ। ਪਰਸ ਘਰੇ ਰਹਿ ਗਿਆ? ਚੱਲ ਕੋਈ ਨਾ, ਫੇਰ ਕਦੇ ਸਹੀ। ਸੱਚੇ ਕਰ ਦੋ। ਚੱਲ ਕਰ ਦੇ ਨਾ, ਕਰ ਦੋ। ਬਰਫੀ ਚੰਗੀ ਲੱਗਦੀ ਉਹਨੂੰ ਵੱਡੇ ਸਾਹ ਨੂੰ। ਤੂੰ ਗਲਾਵਾਂ ਛੱਡ ਦੇ, ਮੈਂ ਤੈਨੂੰ ਕਹੀ ਹੈ ਨਾ। ਅੱਛਾ ਫਿਰ ਤੂੰ ਕੀ ਕਰ ਲੇਗਾ? ਐ ਤੂੰ ਹੁਣ ਬਰਫੀ ਪਿੱਛੇ ਆਪਦੇ ਉਸਤਾਦ ਦਾ ਗਲਾਵਾਂ ਫੜੇਗਾ? ਬਸ ਜਲ ਲੱਗਦਾ ਉਸਤਾਦ ਦਾ। ਉਹ ਤੂੰ ਜਾਂਦਾ ਰਹਿ ਜਾਂਦਾ ਰਿਹਾ ਸੀ, ਤੈਨੂੰ ਕੀ ਲੱਗਦਾ ਸੀ ਕਦੇ ਬਰਫੀਆਂ ਨਹੀਂ ਦੇਖਿਆਂਗੇ? ਇਹੋ ਜਿਹੀਆਂ 50 ਬਰਫੀਆਂ ਦੇਖੀਆਂ ਮੈਂ, ਹਰੇਕ ਵਿਆਹ ਦੇ ਵਿੱਚ ਨਵੀਂ ਆਈਟਮ ਖਾਂਦਾ ਮੈਂ ਬਰਫੀ ਦੀ। ਇੱਕ ਵਿਆਹ 'ਚ ਮੈਂ ਇੰਨੀ ਬਰਫੀ ਖਾ ਗਿਆ ਸੀ, ਮੈਨੂੰ ਦੂਜੇ ਦਿਨ ਖੱਟੇ ਟਕਾਰ ਲੱਗ ਗਏ ਸੀ ਗੱਲਾਂ ਕਰਦਾ। ਢੁੱਡੀ ਰਾਮ ਚਰਲਾ ਟੂ, ਉਹ ਤੂੰ ਜਾਂਦਾ ਰਹਿ, ਨਾਲੇ ਏਡਾ ਤੈਨੂੰ ਚਾਹ ਚੜਿਆ ਬਰਫੀ ਖਾਂਦਾ ਤਾਂ ਆਪਦੇ ਪੈਸੇ ਦੀ ਖਾਇਆ ਕਰ। ਇਹ ਜੇ ਅਸੀਂ ਆਪਦੇ ਪੈਸਿਆਂ ਦੀਆਂ ਬਰਫੀਆਂ ਖਾਣ ਲੱਗ ਗਏ, ਫਿਰ ਤਾਂ ਅਸੀਂ ਲੈ ਲਈਆਂ ਕੰਪੈਨਾਂ, ਫਿਰ ਤਾਂ ਕਢਾ ਲਏ ਅਸੀਂ ਗਾਣੇ। ਬਖਾਨੇ ਵਿਆਹਾਂ 'ਚ ਤੁਰੇ ਫਿਰਦੇ ਆ, ਨਵੇਂ ਕੱਪੜੇ ਪਾ ਕੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ। ਉਹ ਹੈਲੋ, ਮੈਂ ਤਾਂ ਆਪਦਾ ਵਿਆਹ ਸਮਝ ਕੇ ਆਇਆ ਸੀ ਆਪਦੇ ਭਰਾ ਦਾ, ਪਰ ਤੈਨੂੰ ਮੈਂ ਤਾਂ ਕੱਪੜੇ ਵੀ ਨਵੇਂ ਪਾ ਕੇ ਆਇਆ ਸੀ, ਹੁਣ ਤੈਨੂੰ ਜੇ ਪਤਾ ਲੱਗ ਗਿਆ ਤਾਂ ਮੈਂ ਕਰਾਂ? ਤੈਨੂੰ ਕੀ ਲੱਗਦਾ ਜੇ ਤੂੰ ਧੱਕੇ ਮਾਰੇ ਤਾਂ ਮੈਂ ਤਾਂ ਚੱਲਿਆ, ਮੈਂ ਆਪਦੀ ਮਰਜ਼ੀ ਨਾਲ ਚੱਲਿਆ, ਠੀਕ ਆ ਨਾ? ਆ ਜਾਂਦਾ ਜੱਟ, ਕਰ ਲਾ ਕੀ ਕਰਨਾ। ਖੜ ਹੋ ਤੇਰੀ ਭਾਏ, ਡਾਂਗ ਲਿਆ ਇੱਥੋਂ। ਬਾਈ ਡਾਂਗ ਨਹੀਂ ਮਾਰਨੀ, ਠੀਕ ਆ ਨਾ? ਨਿਯਮਾਂ ਤੋਂ ਬਾਹਰ ਨਹੀਂ ਚੱਲਣਾ, ਡਾਂਗ ਨਹੀਂ ਮਾਰੇਗਾ, ਚਪੇੜੇ ਜਿੰਨੇ ਮਰਜ਼ੀ ਮਾਰ ਲੈ ਜੱਟ ਦੇ। ਠੀਕ ਆ ਠੀਕ ਆ, ਜਾਂਦਾ ਮੈਂ ਆਪਦੀ ਮਰਜ਼ੀ ਨਾਲ ਚੱਲਿਆ ਮੈਂ, ਆਹੇ ਕਠੋਕੇ।